ਲਾਰੀਅਟੇ ਦੇ ਵਿੱਚ ਅਸੀਂ ਖੜੇ ਹਾਂ ਜੀ। ਸੁਬਾ ਲੇਲਾ ਭਾਈ ਯਕੂਬ ਨੇ 9:30 ਵਜੇ ਗੱਡੀ 'ਤੇ ਰਖਾਇਆ ਸੀ ਅਤੇ 6 ਵਜੇ ਸਾਨੂੰ ਫੈਸਲਾਬਾਦ ਤੋਂ ਮਿਲ ਗਿਆ ਵਾ ਜੀ। ਯਕੂਬ ਭਾਈ ਨੇ ਆਪਣਾ ਵਾਅਦਾ ਪੂਰਾ ਕੀਤਾ ਵਾ, ਜਿਹੜਾ ਜਾਨਵਰ ਦਿਖਾਇਆ ਸੀ ਉਹੀ ਸਾਨੂੰ ਭੇਜਿਆ ਵਾ, ਕੋਈ ਧੋਖਾ ਕੋਈ ਫਰਾਡ ਨਹੀਂ ਕੀਤਾ ਹੈਗਾ। ਯਕੂਬ ਭਾਈ ਅਤੇ ਉਹਨਾਂ ਦਾ ਚੈਨਲ ਵੀ ਆ ਇਸਮਾਈਲ, ਮੁਹੰਮਦ ਇਸਮਾਈਲ ਦੇ ਨਾਮ ਤੋਂ, ਇਹਨਾਂ ਦੇ ਤਵਾਰ ਕਰਕੇ ਇਹਨਾਂ ਕੋਲ ਚੀਜ਼ ਮੰਗਾਓ। ਅਤੇ ਵੀਡੀਓ ਬਣਾਉਣੇ ਦਾ ਮਕਸਦ ਇਹ ਹੈ ਕਿ ਇਨਸ਼ਾਅੱਲਾ ਅਸੀਂ ਜੋ ਚੀਜ਼ ਦਿਖਾ ਰਹੇ ਹਾਂ ਉਹੀ ਭੇਜ ਰਹੇ ਹਾਂ। ਸੋ ਲੋਕ ਜ਼ਿਆਦਾਤਰ ਇਤਬਾਰ ਨਹੀਂ ਕਰਦੇ ਕਿ ਜਿਹੜਾ ਗਾਜ਼ੀ ਖਾਨ ਵਾਲੇ ਬਈ ਮਾਲ ਦਿਖਾਤੇ ਹੈ ਫਿਰ ਉਹ ਨਹੀਂ ਭੇਜਦੇ। ਸੋ ਬਹੁਤ ਅਸਰ ਗਲਤ ਹੈ, ਇਨਸ਼ਾਅੱਲਾ ਹਮ ਜੋ ਚੀਜ਼ ਦਿਖਾਏਂਗੇ ਉਹੀ ਭੇਜੇਂਗੇ। ਆਪਕੋ ਪਤਾ ਹੈ ਯਕੂਬ ਭਾਈ ਹਮਾਰੇ ਸਾਥ ਹੋਤੇ ਹੈ ਵੀਡੀਓ ਮੇ, ਔਰ ਯਕੂਬ ਭਾਈ ਵੀ ਆਪਣਾ ਇੰਟਰਵਿਊ ਦੇਣਗੇ ਕਿ ਯਕੂਬ ਭਾਈ ਕਿਆ ਹਾਲ ਹੈ ਆਪਕੇ, ਠੀਕ ਹੋ? ਅੱਛਾ, ਆਜ ਕਿਤਨੇ ਜਾਨਵਰ ਲੋਟ ਕਰਵਾ ਰਹੇ ਹੈ? ਮਾਸ਼ਾਅੱਲਾ, ਫੈਸਲਾਬਾਦ ਕੇ ਲੀਏ ਅੱਡਾ ਸਮੁੰਦਰੀ ਜਾਣਾ ਹੈ, ਪੰਜਾਬ ਮੇ ਅੰਮ੍ਰਿਤਸਰ ਅੰਦਰ ਜਾਣਾ ਹੈ, ਮਾਸ਼ਾਅੱਲਾ ਚੈੱਕ ਕਰਾਇਆ ਸਾਹ ਦੋਸਤਾਂ ਕੋਲ, ਜੋ ਦੋ ਵਾਰ ਪਹਿਲੇ ਅਤੇ ਤੀਸਰੀ ਵਾਰ ਆਉਣ ਲੈਂਦਾ ਪਿਆ, ਸਾਰੇ ਜੋ ਚੀਜ਼ ਦਿਖੇਂਦਾ ਉਹ ਹੀ ਵਿਜੇਂਦਾ ਮਾਸ਼ਾਅੱਲਾ, ਅੱਲਾ ਦਾ ਸ਼ੁਕਰ ਹੈ। ਅੱਖ ਲਾਲ ਦੀ ਕਮਾਉਣੀ, ਅੱਖ ਲਾਲ ਦੀ ਲੈਣੀ ਹੈ ਬਾਈ, ਜਿਹੜੀ ਮੁਕਾ ਕੇ ਇਨਾਮ ਹੀ ਲੈਂਦੇ ਹਾਂ ਮੇਰਾ ਬਾਈ। ਬਾਤ ਹੈ ਯਕੂਬ ਭਾਈ, ਔਰ ਇੱਕ ਰਾਤ ਵੀ ਆਪਣੇ ਲੋਡ ਕਰਵਾਇਆ, ਇਨਸ਼ਾਅੱਲਾ ਉਹ ਵੀ ਕਲਿਪ ਲਗਾਏਂਗੇ ਸਾਥ ਮੇ, ਉਹ ਲਾਹੌਰ ਕਾ ਵੋ ਬੱਕਰਾ ਥਾ ਵੋ ਵੀ ਇਨਸ਼ਾਅੱਲਾ, ਔਰ ਦੋ ਯੇ ਵੀ ਹੈ ਬਾਈ। ਅੱਜ ਯਕੂਬ ਭਾਈ ਇਹ ਬੱਕਰਾ ਲੋਡ ਕਰਵਾ ਰਹੇ ਹੈ ਲਾਹੌਰ ਕੇ ਲੀਏ, ਇਹ ਸਾਥ ਮੇ ਇੱਕ ਜਾਲਕ ਵੀ ਹੈ, ਮੇਰਾ ਇੱਕ ਦੋਸਤ ਹੈ, ਉਸਨੇ ਖਰੀਦਾਰੀ ਕੀ ਹੈ। ਤੋ ਕਿਆ ਕਿਆ ਕਹਾਂ ਪੇ ਭਿਜਵਾ ਰਹੇ ਹੈ ਯਕੂਬ ਭਾਈ? ਲਾਹੌਰ ਭਿਜੇਂਦੇ ਪਏ, ਮਾਸ਼ਾਅੱਲਾ ਜਾਨਵਰ ਚੈੱਕ ਕਰ ਮੇਰਾ ਬਈ, ਅੱਡੇ ਤੇ ਅਸਾਂ ਵੀਡੀਓ ਕਹਿ ਨਹੀਂ ਲੈਂਦੇ, ਇਹ ਵਜ੍ਹਾ ਕੋਲ ਲੈਂਦੇ ਪਏ, ਇੱਥਾਂ ਤੇਰੇ ਗਾਜ਼ੀ ਖਾਨ ਜਿਨ੍ਹਾਂ ਪਏ ਧੋਖਾ, ਬਿਲਕੁਲ ਜੀ ਬਿਲਕੁਲ ਨਹੀਂ ਮੇਰਾ ਬਈ, ਸੁਬਾ ਵੀ ਲੋਡ ਕਰਨਾ ਸਾ ਜਾਨਵਰ, ਮਾਲ ਵੀ ਚੈੱਕ ਕਰਨ ਬਈ, ਅਸਾਂ ਦੋਨੋਂ ਬਈ ਹੈ, ਕੋਈ ਲਾਉਣਾ ਚਾਹੇ ਰਾਬਤਾ ਕਰੇ ਸਨ ਸਕਰੀਨ ਸ਼ਾਟ ਮਾਰ ਕੇ, ਜੇ ਚੀਜ਼ ਉਹਦੀ ਕੋਈ ਦਿਖੇ ਸੀ ਮਾਸ਼ਾਅੱਲਾ, ਗਲਤ ਬਿਆਨੀ ਕਈ ਨਾਲ ਨਹੀਂ ਕਰਨੀ। ਜਾਨਵਰ ਵੀ ਚੈੱਕ ਕਰਵਾਤੇ ਹੈ, ਬੈਕ ਕਰ ਲੈਂਦੇ ਹੈ। ਅੱਛਾ, ਇਹ ਜਾਨਵਰ ਚੈੱਕ ਕਰ ਲੇ ਮੇਰਾ ਭਾਈ, ਇਹ ਅੱਡੇ ਪੇ ਹਮ ਪਹੁੰਚ ਚੁੱਕੇ ਹੈ ਦੇਰਾ ਗਾਜ਼ੀ ਖਾਨ ਕੇ ਅੱਡੇ ਪੇ, ਔਰ ਇਹ ਹਮਨੇ ਫੈਸਲਾਬਾਦ ਕੀ ਗਾੜੀ ਪੇ ਰਖਵਾਨੇ ਹੈ। ਇਹ ਮੁੰਦਰਾ ਇੱਕ ਬਾਈ ਨੇ ਪਹਿਲੇ ਵੀ ਇਹ ਦੋ ਮੰਗਵਾਏ ਥੇ ਨਾ, ਔਰ ਉਸਕੇ ਬਾਅਦ ਇਹ ਫਿਰ ਬਾਅਦ ਮੇ ਇੱਕ ਔਰ ਮੰਗਵਾ ਰਹੇ ਹੈਂ ਆਪ, ਬੜਾ ਯਹਾਂ ਪੇ ਆ ਕੇ ਉਸਨੇ ਖਰੀਦ ਲਿਆ ਥਾ, ਯਹਾਂ ਪੇ ਹਮਨੇ ਖਰੀਦਾਰੀ ਉਸਕੋ ਕਰਵਾ ਦੀ ਥੀ ਇੱਕ ਜਾਨਵਰ, ਫਿਰ ਬਾਅਦ ਮੇ ਉਸਨੇ ਇੱਕ ਔਰ ਮੰਗਵਾਇਆ ਹਮਸੇ, ਔਰ ਬਾਅਦ ਮੇ ਇਹ ਇੱਕ ਔਰ ਮੰਗਵਾ ਲਿਆ, ਇਸ ਤਰ੍ਹਾਂ ਸਮਝ ਲਓ ਇਸਕੇ ਪਾਸ ਇਹ ਤੀਸਰਾ ਜਾਨਵਰ ਜਾ ਰਹਾ ਹੈ ਹਮਾਰਾ, ਔਰ ਇਸ ਬਾਈ ਕੇ ਪਾਸ ਵੀ ਸਮਝੋ ਇਹ ਤੀਸਰਾ ਜਾਨਵਰ ਜਾ ਰਹਾ ਹੈ। ਇਹਨੇ ਨਾਲ ਕੋਈ ਫੈਸਲਾ ਬਾਅਦ ਮੇ ਨਾਲ ਰਾਬਤਾ ਕਰੇ ਨਾ, ਉਠੋ ਦੀ ਜ਼ਿੰਮੇਵਾਰੀ ਬਾਈ ਮੇਰੇ ਦੇਸ ਹੈ ਦੋਨੋਂ ਬਾਈ। ਅੱਛੀ ਬਾਤ ਹੈ, ਮਾਸ਼ਾਅੱਲਾ ਅੱਛੀ ਬਾਤ ਹੈ, ਕਿ ਇਹ ਤਾਸੁਰ ਜਾ ਰਹਾ ਥਾ ਕਿ ਬਾਈ ਤੇਰਾ ਗਾਜ਼ੀ ਖਾਨ ਵਾਲੇ ਮਾਲ ਦਿਖਾਤੇ ਹੈ ਵੋ ਚੀਜ਼ ਨਹੀਂ ਭੇਜਤੇ, ਯਾ ਧੋਖੇ ਬਾਦ ਹੈ ਯਾ ਫਰਾਡ ਹੈ ਬਾਈ, ਹਮ ਕਿਸੀ ਕੀ ਗਾਰੰਟੀ ਨਹੀਂ ਦੇਤੇ, ਠੀਕ ਹੈ? ਬਾਕੀ ਗਾਰੰਟੀ ਦੇ ਸਮਰਾ ਬਾਈ, ਹਰ ਬੰਦਾ ਆਪਣਾ ਕੰਮ ਕਰੇ, ਆਪਣਾ ਸਾਉਂ ਗਾਲ ਬੱਲਾ ਠੀਕ ਨਹੀਂ ਆਪਣਾ ਬਾਈ, ਠੀਕ ਹੈ? ਅੱਛੇ ਵੀ ਹੈ, ਇਹ ਨਹੀਂ ਹੈ ਕਿ ਸਾਰੇ ਇੱਕ ਜੈਸੇ ਨਹੀਂ ਹੈ ਬਾਈ, ਹਮ ਕਿਸੀ ਕੀ ਨਾ ਇਨਸਲਟ ਕਰ ਰਹੇ ਹੈ ਨਾ ਕਿਸੀ ਕੀ ਕੋਈ ਤਾਰੀਫ ਕਰ ਰਹੇ ਹੈ, ਠੀਕ ਹੈ? ਬਾਕੀ ਜੋ ਅੱਛਾ ਕੰਮ ਕਰ ਰਹੇ ਹਮ ਉਨਕੋ ਸਪੋਰਟ ਵੀ ਕਰੇਂਗੇ, ਆਪ ਇੱਕ ਵਾਰ ਮਸ਼ਵਰਾ ਜ਼ਰੂਰ ਕਰ ਲਿਆ ਕਰੇ, ਅਗਰ ਤੇਰਾ ਗਾਜ਼ੀ ਖਾਨ ਮੇ ਸੇ ਆਪ ਕਿਸੀ ਕਿਸਮ ਕਾ ਵੀ ਡਾਊਟ ਹੈ ਯਾ ਕੋਈ ਵੀ ਜਾਨਵਰ ਆਪ ਖਰੀਦ ਰਹੇ ਹੈ ਨਾ, ਤੋ ਆਪ ਮਸ਼ਵਰਾ ਜ਼ਰੂਰ ਕਰ ਲਿਆ ਕਰੇ, ਤੋ ਇਨਸ਼ਾਅੱਲਾ ਸੇ ਆਪਕੋ ਮੁਫੀਦ ਔਰ ਅੱਛਾ ਮਸ਼ਵਰਾ ਦੇਂਗੇ। ਸ਼ਾਟ ਸਾਡੋ ਬੰਦਾ ਭੇਜੇ ਬਿੱਲੂ ਭਈਏ ਲਾਹੌਰ ਸੇ, ਸਾਰੇ ਕੋਲ 3 ਜਾਨਵਰ ਉਹੀ ਮੰਗਾਏ ਨੇ, ਉਹ ਬੱਕਰੀ ਵਾਲਾ ਡਿਮਾਂਡ ਕੀਤੇ 30,000, ਉਹ ਬਾਅਦ ਮੈਂ ਉਹਨੂੰ ਕਾਲ ਕੀਤੀ ਮੰਗਾ ਕੇ 36,000 ਦੀ ਦੇਸਾਂ, ਮੈਂ ਕਿਹਾ ਬਈ ਤੇਰਾ ਮੁੰਡਾ ਡਿਮਾਂਡ ਕੀਤੇ ਇਤਨਾ, ਜਾ ਕੇ ਤੂੰ 30,000 ਦੀ ਜੋ ਵਾਦੇ ਨਹੀਂ ਬਈ, ਉਹ ਗਲਤ ਡਿਮਾਂਡ ਕੀਤੀ ਹੈ, ਮੈਂ ਮੇਰੇ ਮੁੰਡੇ ਨੂੰ ਪਤਾ ਨਹੀਂ ਚੱਲਾ, ਮੈਂ ਕਿਹਾ ਬਈ ਇਸੇ ਤਰ੍ਹਾਂ ਦਾ ਨਹੀਂ ਹੋਣਾ, ਬਿੱਲੂ ਬਈ ਇਹ ਲਾਹੌਰ ਸੇ ਮਾਸ਼ਾਅੱਲਾ ਸਾਰੇ ਕੋਲ ਜਾਨਵਰ ਲੈਂਦੇ, ਕੋਈ ਲਾਹੌਰ ਸੇ ਲਾਉਣਾ ਚਾਹੇ ਉਹਦਾ ਰਾਬਤਾ ਕਰ ਸਕਦੇ ਹੋ, ਕੋਈ ਮੁੰਦਰੇ ਵੀ ਆਉਂਦੇ ਨੇ ਸਾਡੇ ਕੋਲ ਲਾਵੇ ਤਾਂ ਮਸਲਾ ਕਹਿੰਦੇ ਲਾਹੌਰ ਦੀ ਗਰੰਟੀ ਹੋ। ਅੱਛਾ, ਲਾਹੌਰ ਸੇ ਉਹ ਸੇਲ ਕਰਤੇ ਹੈ ਬਿੱਲੂ ਬਈ, ਆਪਕਾ ਦੋਸਤ ਜੋ ਹੈ ਉਹ ਸੇਲ ਕਰਤੇ ਹੈ ਮਾਸ਼ਾਅੱਲਾ ਬਿੱਲੂ ਬਈ? ਅੱਛਾ, ਉਹ ਰਾਤ ਉਸਨੇ ਕਾਲ ਕੀ ਥੀ ਕਿਉਂਕਿ ਕੱਲ ਕੀ ਵੀਡੀਓ ਮੈਂ ਨਾ ਉਸਨੇ ਬੱਕਰੀਆਂ ਚੈੱਕ ਕੀ ਥੀ, ਤੋ ਹਮਨੇ ਮੰਡੀ ਕੀ ਵੀਡੀਓ ਲਗਾਈ ਥੀ, ਔਰ ਜੋ ਮਾਲਕ ਥਾ ਉਹ ਕੋਈ ਵੀ ਇਸ ਤਰ੍ਹਾਂ ਵੀ ਕਰਤੇ ਹੈ ਕਿ ਵੀਡੀਓ ਮੇਂ ਡਿਮਾਂਡ ਕਮ ਕਰ ਲੇਤੇ ਹੈ ਕਿ ਹਮੇਂ ਸਾਡੇ ਨਾਲ ਰਾਬਤਾ ਕਰਨ ਬਈ, ਅਸਾਂ ਹੀ ਵਜ੍ਹਾ ਕੋ ਰਾਬਤਾ ਸਾਫ ਕਰਦੇ ਹਾਂ ਡਾਇਰੈਕਟ ਮੇਰਾ ਬਈ, ਜੇ ਕਿ ਮਾਲ ਉਹਦੇ ਅਸਾਂ ਦੀ ਉਹ ਗਲਤ ਬਿਆਨੀ ਨਹੀਂ ਕਰਨੀ, ਤੋ ਇਸੀ ਵਜ੍ਹਾ ਸੇ ਹਮ ਇਹ ਵੀ ਇੱਕ ਆਪ ਦੋਸਤੋ ਕੋ ਸਮਝਾਤੇ ਰਹਤੇ ਹੈ ਕਿ ਮੇਰਾ ਬਈ ਜਿਸ ਸੇ ਵੀ ਆਪ ਖਰੀਦਾਰੀ ਕਰੇ ਨਾ ਇੱਕ ਵਾਰ ਮਸ਼ਵਰਾ ਜ਼ਰੂਰ ਕਰ ਲਿਆ ਕਰੇ, ਕਿਉਂਕਿ ਯਹਾਂ ਪੇ ਲੋਕ ਜ਼ਿਆਦਾਤਰ ਇਹ ਵੀ ਕਰਤੇ ਹੈ ਕਿ ਹਮਾਰਾ ਨੰਬਰ ਦੇ ਰਹੇ ਹੈ ਨਾ, ਤੋ ਹਮ ਕੀਮਤ ਕਮ ਬਤਾ ਦੇ, ਤੋ ਉਸ ਵਜ੍ਹਾ ਸੇ ਵੀ
کوشش کریں گے کہ آپ کو اپنی طرف سے ہم جو بھی خریداری کروا کر دیں گے نا اس کی ہم گارنٹی بھی دیں گے آپ کو، لیکن آپ جس سے بھی آپ لیں گے بھجوا رہے ہیں رانا شراز کو۔ جی ہاں جی، یہ کون سی جگہ پہ ہے؟ اچھا، اور یہ والا سمندری جاسی رانا جاوید، رانا جاوید کے پاس، یہ دونوں آپ کے فرینڈ بنے ہوئے ہیں انشاءاللہ سے۔ کوئی لانا چاہے نیا نمبر دے سو، تو انہیں اسے جا کے فیصلہ پر رابطہ کر لو، ایک گارنٹی ساری دے سر میرا بھائی، ٹھیک ہے نا؟ لاہور اچ بلو بھائی بیٹے ماشاءاللہ ہوئی اچھا بندہ ہے، سارے کو تامن کرے دے گاہ کیری انہیں ساری بڑی ہوئی ماشاءاللہ، وہ اکتے سیل کرے دے اندھے کو لانا چاہے میں نے رابطہ کر سکتی تو جا کے تو اکو نمبر دے سا لاہور اچ۔ جی اچھی بات ہے، آپ لاہور سے سارے کو لاہور سے ماشاءاللہ پسا بھی تو اکو نمبر اپنا ڈیتی کرے ہیں، رابطہ کر دے اسمیل بھائی نال نمبر میں دوبارہ بار بار دسا بھائی، پوری ویڈیو ویکھو تو کو پتہ چل سی کسی طرح کا جانور نکلے دے کسی طرح کا ڈیمانڈ آ جائے میرا بھائی، ٹھیک ہے نا؟ یہ اچھی بات ہے، آپ جس کو جو چیز دکھا رہے ہیں وہی بھیج رہے ہیں، لوگ آپ کو سعودی عرب سے اور دوسرا جو ہے نا کویت سے اور غیر ملک سے جتنے بھی بیٹھے ہوئے ہیں نا وہ آپ کو پہلے پیمنٹ کر دیتے ہیں اور آپ مال وہی بھجواتے ہیں، یہ اعتبار کی بات ہوتی ہے بھائی۔ ابھی گجرات بھیجے، رحیم یار خان بھیجے، باہرلی ملک بیٹھے ہیں ماشاءاللہ، ایک ایک بندے بندے نام نہیں لے سا، شکر گزار ہوں میں سارے میرا بھائی جنہیں تعاون کریں لائک کریں شیئر کریں کمنٹ کریں میرا بھائی، اچھی بات ہوتی ہے یہ کبھی۔ اور دوسرا کیا نام ہے، یہ بھی اچھی بات ہے کہ لوگ آپ کے اعتبار کرتے ہیں، کسی اور سے بھی جانور لیتے ہیں لیکن وہ آپ سے مشورہ کر لیتے ہیں بھائی، دوسرے کو لینے نے میں رابطہ کرا یعقوب بھائی کسی طرح کا بندہ ہے۔ اچھا، کویت والے دوست نے بھی آپ سے ہی رابطہ کیا تھا، وہ بھیڑ کسی اور سے بھی لے رہا تھا نا لیکن اس نے آپ سے کیا تھا کہ یعقوب بھائی آپ جا کے چیک کر لیں، فاضل پور کڑی جا کے میرا گل ہوئی ہوں کہ بھائی 35,000 دیتا دو بچے لے، میں کہ میرا بھائی دو بچے لے 35,000 دی کسی ٹائم دے بھائی، لوگ زیادہ تر یہ بھی کر لیتے ہیں بھائی، ڈیمانڈ بہت ہی کم ڈیمانڈ کر لیتے ہیں، تو آپ اس غلط فہمی میں نہ آیا کریں، کوشش کیا کریں کہ بھائی جو مالک ہو یا جو مارکیٹ کا ریٹ ہو اس ریٹ پہ لیا کریں میرا بھائی، لالچ پڑتے اپنا نقصان کرتے، اے میں گل پہلے بھی آدھا ہوں بھی آدھا پیا جرا اتنے ڈیمانڈ لے چلے تھی اندھے کلو جانور نہیں ہوتے، میں اے تو سیدھی بات دسا وہ ڈیمانڈ غلط کر کے دسے تھی تورا گھاٹا بھی لائے ہوئے سی۔ اچھی بات ہے، اچھی بات ہے میرا بھائی، یہ 35,000 دو بچے والی مندری بیٹھ کے سیدھے سی، ہاں یہ بھی اچھی بات ہے، یہ کچھ لوگ زیادہ تر کوشش کر لیتے ہیں کہ ہمیں بس سستا مل رہا ہے ہم جلدی سے لے لیں، تو اس بات سے آپ دوستوں نے تھوڑا سا احتیاط کرنا ہے میرا بھائی، ہمارا مقصد ہے آپ دوستوں کو ایک ایک کر کے ساری انفارمیشن دے رہے ہیں میرا بھائی، چینل پہ اگر نئے ہیں تو چینل کو بھی سبسکرائب کر دیں، صرف ہم چاہتے ہیں کہ آپ لوگ ہمیں لائک کریں، ہمیں سپورٹ کریں، ہماری ویڈیو دیکھیں، آپ کو انشاءاللہ پتہ چلے گا کہ یہ کس طرح کا کام کر رہے ہیں، جا کر تامن کھڑے کرے نے اڈے تے جا کے ویڈیو بڑے نے اڈے تے کڑی نہیں لوڈ کرے جانور لوڈ کرے ایک دو اندے نے تھوڑا ٹائم زیادہ ہوندے تے چلو انہاں دے بڑا لے دے تیرے دا جاندے نے پانچ جاندے نے بھائی انہاں دے سکرین ویڈیو لائی، بالکل جی اچھی بات ہے کیونکہ اڈے پہ ٹائم ہی نہیں ہوتا اتنا، آپ کو پتہ ہے پھر گاڑی جانے والی ہوتی ہے تو یہ آج تھوڑا سا پہلے پہنچے تو اس وجہ سے پھر یہ ابھی گاڑی کا آپ کو یہ چیک کروا رہے ہیں، یہ آپ چیک کر لیں ویور، یہ لاہور فیصل آباد والی گاڑی ہے، یہاں سے ابھی نکلے گی، یہ دوست ہیں جا کے انہیں بھی سارے کو خریداری کی دی ہے، تھوڑا ایک گاڑی میں مسٹیک ہو گئی ہے بھائی، تب بندے کو دلال ہیں انہیں پیچھے، اچھا یہ بھی آیا منڈیوں میں نا جو نیا بندہ آتا ہے ان کو دلال زیادہ تر تنگ کرتے ہیں میرا بھائی، وہ شدہ لے کے آیا ہے بولا اسمیل بھائی وہ بھائی دے پاس جانا ہے دوسرے بندے پاس نہیں جانا، صحیح ہے ساڑھے پاس آئے نے سودا کتا گئی سودا بھی نیڑے ہو گیا ہی جا کے دلال پیچھے لگے نے 5,000 کم لے کے دیتے ہیں، وہ شدہ روزے نالان ماشاءاللہ باپ کی گھڑی کے دوبارہ چلے گئے نے اچھا یہ بھی ہے، آپ اگر نئے ہیں یا آپ منڈی کا بھی وزٹ کرنا چاہتے ہیں تو آپ آئیں لیکن رابطہ کر کے آئیں اور کسی سے کو بھی نہ بتائیں، ٹھیک ہے؟ یہاں پہ آئیں اور جو آپ کے ساتھ ہونا آپ اس کے ساتھ رہیں کیونکہ یہاں پہ اگر نیا بندہ آئے گا اس کو تنگ کریں گے، ایک ہے یہ کہے گا ادھر آ جاؤ دوسرا ادھر کھینچے گا تو اس طرح سے نا پھر کام وہ پھر انسان کو خود کو بھی سمجھ نہیں آتی کہ میں اس کو کیا ریٹ بتاؤں جب زیادہ تر بندے ہوتے ہیں بھائی، 10 بندے جڑے پیچھے لگ جانے دلال وہ تو کم ہی نہیں ہوتا میرا بھائی، میں نے رابطہ کر ویڈیو میری پوری ویک کو پتہ چل سی اسمیل بھائی کسی طرح کے بندے، اچھا ماشاءاللہ استاد بھی بیٹھا ہے گڈی والا، یہ
यकूब भाई का खुद ही आपको बताएंगे कि यकूब भाई किस तरह का बंदा है और इस्माइल भाई किस तरह का बंदा है। ये हम जो चीज दिखाते हैं इंशाल्लाह वही भेजते हैं। भाई गाड़ी का उस्ताद बंदे आए ने, ये गाड़ी ते पांच बंदे आए ने, जाके इतना मेरे खरीदारी करने ई भाई भी आके यकूब भाई के पास जाओ। ये आप सुन रहे हैं उस्ताद खुद ही बता रहे हैं की यकूब भाई अच्छा बंदा है और इसके साथ जो पहले बंदे आए थे इसी गड्डी ते जाके ये भी आके भाई इस्माइल भाई के पास जाओ, यकूब भाई के पास जाओ, ठीक है ना। उन्ने को जानवर लाओ माशाल्लाह, जो चीज दिखे वो भी जाने सौदा भी हो जाए वो आप जबानी आगे की जानवर लेने पे हैं, वो दूसरे बंदे पीछे ला के दलाल उसे वापसी चलेंगे। ये गलत बात होती है, अच्छी बात है यकूब भाई आप इंशाल्लाह अच्छा काम कर रहे हैं, अल्लाह ताला आपको तरक्की दे और इंशाल्लाह आपके कारोबार में ये भी आते हैं जानवर जितों लाओ टुरा फिरा के पट्टे खवा के वला लाओ। बेशक बेशक ये भी अच्छी बात होती है। लंबी थी कि वीडियो को पूरा देख सकते हैं, पता चल रही हक शादी यकूब भाई क्या गाल करना खड़े मेरा भाई इस्माइल भाई क्या गाल करना खड़े दोनों भाई, ठीक है ना। ये वीडियो आप पूरी देखा करें तो इंशाल्लाह से वीडियो को लाइक भी किया करें और हमारे चैनल को भी सब्सक्राइब भी कर दें। 0344-7163-649 ये मेरा नंबर है, इसमें अगर आप कोई भी बंदा किसी किस्म की कोई भी खरीदारी करना चाहता है तो इंशाल्लाह मशवरा आप जरूर कर लें डीजी खान में से, जो भी आप खरीदारी करना चाहते हैं मेरा भाई। आज की वीडियो का इख्तिताम करते हैं और उम्मीद है कि तमाम जितने भी देखने और सुनने वाले हैं वो हमारी बात उनको समझ आ गई होगी। बाकी वीडियो को लाइक नहीं किया तो मेरा भाई वीडियो को भी लाइक कर दें और हमारे चैनल पर नए हैं तो चैनल को भी सब्सक्राइब कर दें। आप के लिए इजाज़त मांगते हैं और इंशाल्लाह फिर मिलेंगे नई वीडियो में नई इन्फॉर्मेशन के साथ।